ਰਾਤ ਹੀ ਇੱਕ ਮੋਟਰਸਾਈਕਲ ਡਿੱਗਾ ਜੀ ਵਿੱਚ, ਇੱਕ ਬੰਦਾ ਤਾਂ ਕੱਢ ਲਿਆ, ਉਹਦੇ 'ਚੋਂ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ। ਸੜਕ ਬਿਲਕੁਲ ਥੱਲਿਓ ਖਾਲੀ ਆ, ਇਹਨਾਂ ਐਸ ਡੀ ਓ ਨੂੰ ਜੇਈ ਨੂੰ ਕਿਹਾ ਜੇ ਸੀ ਬੀ ਨਾਲ ਥੱਲਿਓ ਭੰਨ ਦਿਉ ਵੀ ਉੱਤੋਂ ਦੀ ਲੋਕ ਲੰਘੀ ਜਾਂਦੇ ਆ ਵੀ ਕੋਈ ਨੁਕਸਾਨ ਹੋ ਸਕਦਾ, ਉਹ ਵੀ ਇਹਨਾਂ ਬਣਾਈ, ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ। ਜੇ ਜੇਈ ਇਹਨਾਂ ਦਾ ਭੱਟੀ, ਉਹਨੂੰ ਬਕਾਇਦਾ ਮੈਂ ਆਪ 3 ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ, 3 ਵਾਰੀ ਇਹਨੂੰ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਉਂਦਾ ਵੀਡੀਓ ਸੈਂਡ ਕਰ ਦੇ, ਫਿਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ, ਕਹਿੰਦਾ ਵੀ ਰਿਟਰਨ 'ਚ ਲਿਖ ਕੇ ਦੇ ਦੇ ਅਤੇ ਫਿਰ ਅਸੀਂ ਐਕਸ਼ਨ ਲੈ। ਇਹਦੇ 'ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਹੀਂ ਮੰਨ ਲਓ ਡੂੰਘਾ ਕਰਵਾ ਕੇ ਸਾਈਡ ਤੋਂ ਮੰਨ ਲਓ ਵੀ ਉੱਤੋਂ ਲੋਕ ਡਿੱਗਣੋਂ ਵਿੱਚੋਂ ਵੱਜਣ ਅਤੇ ਸਾਈਡ 'ਤੇ ਕਰਵਾ ਕੇ ਉਹਨੂੰ ਰੱਖਤਾ, ਉਦੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਇੱਕ ਕੱਲ੍ਹ ਪਰਸੋਂ ਦੀ ਘਟਨਾ ਹੈ, ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ, ਉਹ ਇਹ ਸ਼ੇਲਰ ਵਾਲਿਆਂ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ, ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂਨ ਹੀ ਸਰਕ ਰਹੀ ਹੈ। ਜਿਹੜੀ ਪਾਈਪ ਆਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵ ਨਾਲੇ 'ਚ ਪਹੁੰਚ ਗਿਆ, ਜਿਹੜੀ ਕਿ ਸੁਰੰਗ ਬਣ ਚੁੱਕੀ ਆ, ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਹੈ। ਉੱਪਰੋਂ ਸੜਕ ਦੀਂਦੀ ਹੈ ਬਾਈ ਜੀ, ਥੱਲੋਂ ਜਮ੍ਹਾਂ ਖੋਖਲਾ, ਪਤਾ ਨਹੀਂ ਕਿਹੜੀ ਗੱਡੀ ਕਦੋਂ ਦੱਬ ਜਾਂਦੀ ਹੈ। ਸਵੇਰ ਦੇ ਹੁਣ ਕਿੰਨਾ ਟਾਈਮ ਹੋ ਗਿਆ, ਮੇਰੇ ਹਿਸਾਬ ਨਾਲ 8 ਵਜੇ ਦੇ ਅਸੀਂ ਖੜ੍ਹੇ ਹਾਂ ਜੀ, ਹੁਣ ਟਾਈਮ ਨੋਟ ਕਰ ਲਓ ਵੀ ਕਿੰਨਾ ਟਾਈਮ ਹੋ ਗਿਆ। ਹਜੇ ਤੀਕਰ ਕੋਈ ਪ੍ਰਸ਼ਾਸਨ ਨਹੀਂ, ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀਏ ਜਾਂ ਅਸੀਂ ਉਹਦੀ ਪੜਤਾਲ ਕਰ ਸਕੀਏ ਵੀ ਕਿੱਥੇ ਆ ਕਿੱਥੇ ਨਹੀਂ ਗਾ। ਰਾਤ ਹੀ ਇੱਕ ਮੋਟਰਸਾਈਕਲ ਡਿੱਗਾ ਜੀ ਵਿੱਚ, ਇੱਕ ਬੰਦਾ ਤਾਂ ਕੱਢ ਲਿਆ, ਉਹਦੇ 'ਚੋਂ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ, ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵਿੱਚ ਆ ਕਿ ਕਿਵੇਂ ਆ ਕੀ ਨਹੀਂ। ਸਵੇਰ ਦੇ ਹੁਣ ਕਿੰਨਾ ਟਾਈਮ ਹੋ ਗਿਆ, ਮੇਰੇ ਹਿਸਾਬ ਨਾਲ 8 ਵਜੇ ਦੇ ਅਸੀਂ ਖੜ੍ਹੇ ਹਾਂ ਜੀ, ਹੁਣ ਟਾਈਮ ਨੋਟ ਕਰ ਲਓ ਵੀ ਕਿੰਨਾ ਟਾਈਮ ਹੋ ਗਿਆ। ਹਜੇ ਤੀਕਰ ਕੋਈ ਪ੍ਰਸ਼ਾਸਨ ਨਹੀਂ, ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਵੀ ਕੋਈ ਬੰਦਾ ਲੱਭ ਸਕੀਏ ਜਾਂ ਅਸੀਂ ਉਹਦੀ ਪੜਤਾਲ ਕਰ ਸਕੀਏ ਵੀ ਕਿੱਥੇ ਆ ਕਿੱਥੇ ਨਹੀਂ ਗਾ। ਉਹਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਕੋਈ ਬੈਰੀਕੇਡ ਲਾਉਣ ਜਾਂ ਕੁਛ ਵੀ ਕਰਨ। ਫਿਰ ਜੀ ਸੜਕ ਬਿਲਕੁਲ ਥੱਲਿਓ ਖਾਲੀ ਆ, ਇਹਨਾਂ ਐਸ ਡੀ ਓ ਨੂੰ ਜੇਈ ਨੂੰ ਕਿਹਾ ਜੇ ਸੀ ਬੀ ਨਾਲ ਥੱਲਿਓ ਭੰਨ ਦਿਉ ਵੀ ਉੱਤੋਂ ਦੀ ਲੋਕ ਲੰਘੀ ਜਾਂਦੇ ਆ ਵੀ ਕੋਈ ਨੁਕਸਾਨ ਹੋ ਸਕਦਾ, ਉਹ ਵੀ ਇਹਨਾਂ ਬਣਾਈ, ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਜੀ। ਫਿਰ ਜੀ ਜਿਹੜਾ ਜੇਈ ਇਹਨਾਂ ਦਾ ਭੱਟੀ, ਉਹਨੂੰ ਬਕਾਇਦਾ ਮੈਂ ਆਪ 3 ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ, 3 ਵਾਰੀ ਇਹਨੂੰ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆਉਂਦਾ ਵੀਡੀਓ ਸੈਂਡ ਕਰ ਦੇ, ਫਿਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ, ਕਹਿੰਦਾ ਵੀ ਰਿਟਰਨ 'ਚ ਲਿਖ ਕੇ ਦੇ ਦੇ ਅਤੇ ਫਿਰ ਅਸੀਂ ਐਕਸ਼ਨ ਲੈ ਸਕਦੇ ਜੀ। ਇਹ ਜਿਹੜਾ ਵੀਰੇ ਖੱਡਾ ਪੈ ਚੁੱਕਿਆ, ਇਹਨੂੰ ਅੱਜ ਤੋਂ 15 ਦਿਨ ਹੋ ਚੁੱਕੇ ਖੱਡੇ ਪਏ ਨੂੰ, ਇਹ ਪ੍ਰਸ਼ਾਸਨ ਨੇ ਇਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਹਦੇ ਵਿੱਚ 3-4 ਤਾਂ ਗੱਡੀਆਂ ਮਤਲਬ ਕਿ ਵੱਜ ਕੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ, ਠੀਕ ਹੈ ਜੀ। ਉਦੋਂ ਬਾਅਦ ਇਹ ਬਜਰੰਗ ਜਿਹੜੀ ਫੂਡ ਛੇਲਰ ਆ, ਇਹਨਾਂ ਨੇ ਇਹਦੇ 'ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਹੀਂ ਮੰਨ ਲਓ ਡੂੰਘਾ ਕਰਵਾ ਕੇ ਸਾਈਡ ਤੋਂ ਮੰਨ ਲਓ ਵੀ ਉੱਤੋਂ ਲੋਕ ਡਿੱਗਣੋਂ ਵਿੱਚੋਂ ਵੱਜਣ ਅਤੇ ਸਾਈਡ 'ਤੇ ਕਰਵਾ ਕੇ ਉਹਨੂੰ ਰੱਖਤਾ, ਉਦੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਇੱਕ ਕੱਲ੍ਹ ਪਰਸੋਂ ਦੀ ਘਟਨਾ ਹੈ, ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ, ਉਹ ਇਹ ਸ਼ੇਲਰ ਵਾਲਿਆਂ ਨੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ, ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂਨ ਹੀ ਸਰਕ ਰਹੀ ਇਸ ਕੰਮ। ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ,
ਜਿਹੜੀ ਪਾਈਪ ਆਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵ ਨਾਲੇ 'ਚ ਪਹੁੰਚ ਗਿਆ, ਜਿਹੜੀ ਕਿ ਸੁਰੰਗ ਬਣ ਚੁੱਕੀ ਆ। ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਹੈ ਇੱਥੇ। ਉੱਪਰੋਂ ਸੜਕ ਦੀਂਦੀ ਹੈ ਬਾਈ ਜੀ, ਥੱਲੋਂ ਜਮ੍ਹਾਂ ਖੋਖਲਾ, ਪਤਾ ਨਹੀਂ ਕਿਹੜੀ ਗੱਡੀ ਕਦੋਂ ਦੱਬ ਜਾਂਦੀ ਇੱਥੇ। ਆਹ ਤੁਹਾਡੇ ਸਾਹਮਣੇ ਹਾਲਾਤ ਹੈ, ਜਿਹੜਾ ਸਾਹਮਣੇ ਟੋਆ ਬਣਿਆ ਖੜਾ ਹੈ। ਪਹੁੰਚ ਇੱਕ ਵਾਰੀ ਹੋਈ ਹੈ ਜੀ, ਪਰ ਕਿਸੇ ਨੇ ਨਹੀਂ ਇੱਥੇ ਸੁਣਵਾਈ, ਮੌਕਾ ਵੀ ਨਹੀਂ ਵੇਖਣਾ ਹੈ ਜੀ ਕੋਈ ਇੱਥੇ। ਜਦੋਂ ਸਾਨੂੰ ਇੰਸੀਡੈਂਟ ਦਾ ਇਹ ਪਤਾ ਲੱਗਿਆ ਹੈਗਾ, ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾ ਗਾ, ਅਤੇ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਸ ਹੈਗੀਆਂ ਗੀਆਂ, ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਢ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ। ਪਰ ਇੱਥੇ ਦੋ ਚੱਪਲਾਂ ਪਈਆਂ ਹੋਈਆਂ, ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਦੋ ਜਣੇ ਗਿਰੇ ਹੋਏ ਹੋਣੇ ਜੀ। ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਹਾਂ ਉਹ ਜਿਹੜਾ ਬੰਦਾ ਹੈਗਾ ਗਾ ਹੋਸਪਿਟਲ 'ਚ ਹੈਗਾ ਗਾ ਕਿ ਵੀ ਉਸਦਾ ਸੀ ਉਸਦੇ ਨਾਲ ਜਾਂ ਨਹੀਂ ਸੀ, ਜਾਂ ਕੀ ਇੰਸੀਡੈਂਟ ਹੈਗਾ ਗਾ। ਬਾਕੀ SDO ਸਾਹਿਬ ਆ ਗਏ ਹੈਗੇ ਅੱਗੇ ਸੀਵਰੇਜ ਵਾਲੇ, ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੀਸ, ਜਿਹੜਾ ਅੱਗੇ ਵਾਲਾ ਵੀ ਜਿਹੜਾ ਹੈਗਾ ਗਾ ਉਸਦਾ ਤੁਰੰਤ ਮਤਲਬ ਅੱਜ ਇਹਦਾ ਹੱਲ ਕੱਢਿਆ ਜਾਵੇ ਤਾਂ ਜੋ ਕਿ ਕੋਈ ਹੋਰ ਇੰਸੀਡੈਂਟ ਹੋਣ ਤੋਂ ਬਚਿਆ ਜਾਵੇ।